अस्सलाम वालेकुम दोस्तों, मैं आमिर भट्ट है। तो तुसी मेरे चैनल वेद पे हो, यूट्यूब चैनल पावर ऑफ इनो। दोस्तों आज मैं गड्डी लोड करदा पिया टोबे चों माल्टा कराची का। इतने मैं भाई मिले ने इन्हों को गड्डी है, रागड़ गड्डी है, इन्होंने ना बड़े हिस्से पाए। ਜਾਂਦੇ ਕੋਲ ਪੁੱਛਦੇ ਆ ਬੱਕੀ ਸੁਰਤ ਹਾਲ ਹੈ ਅੱਜ ਕੱਲ ਸਾਫਦਾਰੀ ਇਹਨਾਂ ਦੀ ਗੱਡੀ ਜਿਹੜੀ ਉਹਨੂੰ ਸਾਡੇ ਤੋਂ ਸਾਫਦਾਰ ਅਲੈਦਾ ਹੈ ਥੋੜ੍ਹਾ, ਕਿਉਂਕਿ ਹੋਰ ਕਿਸਮ ਦਾ ਮਾਲ ਲੋਡ ਕਰਦੇ। ਇਹਨਾਂ ਦੇ ਕੋਲ ਸਾਰੇ ਇੰਟਰਵਿਊ ਲੈਂਦੇ ਆ ਬੱਕੀ ਸੁਰਤ ਹਾਲ ਹੈ ਗੱਡੀ ਇਹਨਾਂ ਦੀ ਕਿਤਨਿਆਂ ਦੇ ਵਿੱਚ ਨਲਈ ਆਈ ਜਾਂ ਚੁੱਕ ਦੇ ਹੋ ਗਏ ਇਹਨਾਂ ਚਲਾਉਂਦੇ ਪਿਆ। ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਅਸਲਾਮ। ਸੁਣਾ ਵੀਰਾ ਕੀ ਹਾਲ ਹੈ? ਠੀਕ ਠਾਕ ਭਾਈ, ਤੁਸੀਂ ਸੁਣਾਓ? ਅਲਹਮਦੁਲਿਲਾ ਠੀਕ। ਅੱਛਾ ਇਹ ਦੱਸੋ ਭਾਈ ਜਾਨ, ਵੀ ਇਹ ਚੁੱਕ ਖਰਚ ਹੋ ਗਿਆ ਤੁਹਾਨੂੰ ਗੱਡੀ ਲਿਆ? ਇਹ ਭਾਈ ਸਾਨੂੰ ਤਾਂ ਇਹ 2 ਮਹੀਨੇ ਹੋਏ। अच्छा 2 महीने। इन 2 महीने तो पहले की कर दिया तुसी? पहले ड्राइवरी करे ना। अच्छा 2 महीने पहले ड्राइवरी? हाँ। अच्छा 2 ड्राइवरी छोड़ के तू सा अपनी गड्डी ले ली? अपनी ले। सही। ये कितने दी ली है तू सा गड्डी? ए भाई असी ले 17 लाख दी। 17 लाख? 17 लाख नकद दी या? नहीं नहीं, 1.5 साल टाइम थे। नकद कितने दी तेने? 6 लाख। अच्छा 6 लाख नकद ते बाकी टोटल यानी कि सिर्फ 17 लाख? हां जी सिर्फ 17 लाख। 17 लाख ਦਾ ਠੀਕ। ਅੱਛਾ ਇਹਦੇ ਵਿੱਚ ਇੰਜਨ ਰਾਕਰ ਦਾ ਆਪਣਾ ਹੈ ਜਾਂ ਜਪਰ ਬੈਡਫੋਰਡ ਦਾ? ਅੱਛਾ ਠੀਕ ਠੀਕ, ਬੈਡਫੋਰਡ ਦੇ ਦਾ ਆਪਣਾ ਇੰਜਨ? ਹਾਂ ਜੀ ਆਪਣਾ ਇੰਜਨ ਹੈ। ਇਸੇ ਉਸੇ ਵੱਡੇ ਪਾਇਆ ਨੇ? ਇਸੇ ਮਗਰੂ ਵੱਡੇ ਨੇ, ਅੱਗੂ ਛੋਟਾ ਸਾਰੇ ਮਸਲਾ ਨੇ। ਪਿੱਛੂ ਵੱਡਾ ਪਾਇਆ ਹੈ, ਅੱਗੇ ਜਾਣੀ ਨਹੀਂ ਹੈ, ਛੋਟੀ ਹੈ ਸਾਰੀ ਬਾਕੀ। ਠੀਕ ਠੀਕ। ਇਹਨਾਂ ਭਾਈ ਜਾਨ ਨੇ ਪਿੱਛੇ ਹਿੱਸਾ ਜਿਹੜਾ ਨਾ ਨਿਸ਼ਾਨ ਦੀ ਟੂ ਪਾਈ ਹੋਈ? ਨਹੀਂ ਨਹੀਂ ਸੀਧੋ ਦੀ। ਅੱਛਾ ਇਸੇ ਪਾਈ ਹੋਏ ਨੇ ਵੱਡੇ ਪਾ? ਚਲੋ ਡਾਇਰੈਕਟ ਸਰ ਜਿਹੜੀ ਰਾਕਟ ਗੱਡੀ ਹੈ ਨਾ, ਪਿਤਲੇ ਸੇ ਟੂਬ ਸ਼ੂਬ ਦਾ ਨਾ ਕੋਈ ਨਾ ਮਸਲਾ ਬਣਿਆ ਪਿਆ, ਜਿਤਨਾ ਵਜ਼ਨ ਪਾਉਣਾ ਹੋਵੇ। ਹਾਂ ਵਜ਼ਨ ਵੀ ਇਹ ਥੋੜਾ ਜਿਹਾ ਮਜ਼ਬੂਤ ਹੋ ਜਾਂਦਾ ਕੰਮ ਨਾ, ਵੀ ਅੱਜ ਕੱਲ ਰੋਡ ਦੇ ਹਾਲਾਤ ਹੀ ਹੋ ਜਾਣ ਪਏ, ਵੀ ਤਾਂ ਕਰਕੇ ਥੋੜੇ ਕਿਸੇ ਵੱਡੇ ਪਾਏ ਹੋ। ਠੀਕ ਠੀਕ। ਅੱਛਾ ਜ਼ਿਆਦਾ ਕਿਹੜੀ ਸਾਈਡ ਤੇ ਚੱਲਦੇ ਹੋ ਤੁਸੀਂ? ਅਸੀਂ ਭਾਈ ਤੂੰ ਜ਼ਿਆਦਾ ਜਾਂ ਸਖਰ ਜਾਂ ਕਰਾਚੀ ਹైదరాబాద్ ਹੈ, ਸਿੱਧੇ ਸਿੱਧੇ ਵੀ ਕਰਾਚੀ ਲੈਣ ਦੇ ਚੱਲਨੇ ਆ। ਠੀਕ, ਯਾਨੀ ਕਿ ਪੰਜਾਬ ਤੋਂ ਕਰਾਚੀ ਜਾਂਦੇ ਹੋ ਜ਼ਿਆਦਾ? ਹਾਂਜੀ। ਤੇ ਕਿਹੜੀ ਸ਼ਾ ਜ਼ਿਆਦਾ ਲੋਡ ਕਰਦੇ ਹੋ? ਇਹ ਤਾਂ ਚਲੋ ਮਲਟਾ ਲੋਡ ਕਰਦੇ ਪਏ, ਉਸ ਤੋਂ ਹਟ ਕੇ ਕੀ ਚੀਜ਼ ਲੋਡ ਕਰਦੇ? ਇਸ ਤੋਂ ਇਲਾਵਾ ਬਾਤ ਲੋਕਲ ਮਸਲਾ ਨੇ ਵੀ, ਕੋਈ ਮੁੰਜੀ ਲੱਭ ਗਈ, ਕੋਈ ਹੋਰ ਮਾਲ ਵਗੈਰਾ ਆਮ ਚੱਲ ਜਾਂਦਾ ਹੈ ਕਰਾਚੀ ਦਾ, ਆਮ ਵੀ ਪਾਈਦਾ ਹੈ। ਅੱਛਾ ਇੱਥੋਂ ਮਲਟ ਪਾ ਕੇ ਜਾਂਦੇ ਪਏ, ਉਦੋਂ ਵਾਪਸ ਕੀ ਪਾ ਕੇ? ਉਸ ਵਾਪਸੀ ਕੇਲਾ ਜਾਂ ਪਿਆਜ਼? ਟੰਡੋਲਾ ਯਾਰ, ਟੰਡੋਲਾ। ਅੱਛਾ ਕਰਾਚੀ ਚੋਂ ਮੁੜ ਵਾਪਸੀ ਲੋਕਲ ਕੋਈ ਪਾ ਕੇ? ਉਸ ਹਾਂਜੀ ਹਾਂਜੀ ਲੋਕਲ ਪਾ ਕੇ ਅਸਾਂ। ਠੀਕ। ਤੇ ਇਹ ਡਰਾਈਵਰ ਤੁਸੀਂ ਇੱਕ ਵਾਰ ਦਿਓ, ਦੂਸਰਾ ਡਰਾਈਵਰ ਨਾਲ ਕੋਈ ਨਹੀਂ? ਦੂਸਰਾ ਡਰਾਈਵਰ ਹੈ, ਉਹ ਛੁੱਟੀ ਤੇ ਗਿਆ ਹੈ ਘਰ। ਠੀਕ ਠੀਕ ਹਾਂਜੀ। ਅੱਛਾ ਇਹ ਦੱਸੋ ਤਕਰੀਬਨ ਇੱਥੋਂ ਯਾਨੀ ਕਿ ਫੈਸਲਾਬਾਦ ਤੋਂ ਕਰਾਚੀ ਦਾ ਆਉਣ ਜਾਣ ਦਾ ਤੁਹਾਡਾ ਡੀਜ਼ਲ ਕਿੰਨਾ ਖੜਦਾ? ਸਾਡਾ ਸੜ ਜਾਂਦਾ ਕਰਾਚੀ ਦਾ ਆਉਣ ਜਾਣ ਦਾ ਕਮ ਸੇ ਕਮ ਵੀ 55-53 ਹਜ਼ਾਰ ਦਾ, 54-55 ਹਜ਼ਾਰ ਦਾ। ਅੱਛਾ ਵਜ਼ਨ ਪਿਆਜ਼ ਅਗਰ ਤੁਸੀਂ ਲੋਡ ਕਰੋ ਤੇ ਕਿੰਨੇ ਇੱਕ ਬੋਰੀ ਪੈਂਦੇ ਹੋ? ਅਸੀਂ ਜ਼ਿਆਦਾ ਬੋਰੀ ਤਾਂ ਨਹੀਂ ਪੈਂਦੇ, ਅਸੀਂ ਉਹ 130-120 ਬਸ ਇਤਨਾ ਕੁ ਬੋਰੀ ਪੈਂਦੇ ਆ, ਜ਼ਿਆਦਾ ਲਾਲਚ ਨਹੀਂ ਕਰੇ। ਇਹਦਾ ਕਿੰਨਾ ਇੱਕ ਵਜ਼ਨ ਬਣ ਜਾਂਦਾ 130 ਬੋਰੀ ਦਾ? 130 ਬੋਰੀ ਦਾ ਬਣ ਜਾਂਦਾ 18 ਟਨ। 18 ਟਨ। ਅੱਛਾ ਨਾਲ ਇਹ ਤੁਸੀਂ ਦੱਸੋ ਬਾਈ ਜਾਨ, ਅਗਰ ਨਵਾਂ ਬੰਦਾ ਸਾਡੇ ਕੋਲ ਨਾ ਅਕਸਰ ਕਮੈਂਟ ਕਰਦੇ ਨੇ ਬਾਈ ਕਿ ਅਗਰ ਗੱਡੀ ਕੋਈ ਲੈਣਾ ਚਾਹੇ ਤਾਂ ਮਜ਼ਦੂਰੀ ਦੇ ਆਖੇ ਕੀ ਉਹਨਾਂ ਨੂੰ ਜਾਪਾਨੀ ਗੱਡੀ ਲੈਣੀ ਚਾਹੀਦੀ ਹੈ ਜਾਂ ਇਹ ਦੇ ਨਾਲ ਦੀ ਗੱਡੀ ਲੈਣੀ ਚਾਹੀਦੀ ਹੈ? ਮਗਰ ਮਜ਼ਦੂਰੀ ਦੇ ਹੱਕ 'ਚ ਜਾਪਾਨੀ ਗੱਡੀ ਵੀ ਠੀਕ ਹੈ, ਮਗਰ ਜਿਹੜਾ ਕੋਈ ਮਾੜਾ ਬੰਦਾ ਹੈ ਨਾ ਵੀ ਉਹਦੇ ਹੱਕ 'ਚ ਠੀਕ ਹੈ। ਤਗੜੇ ਬੰਦੇ ਵਾਸਤੇ ਜਾਪਾਨੀ ਗੱਡੀ ਠੀਕ ਹੈ, ਮਾੜੇ ਬੰਦੇ ਵਾਸਤੇ ਇਹ ਬੈਡਫੋਰਡ ਠੀਕ ਹੈ। ਨਹੀਂ ਉਹਦੇ ਵਜ੍ਹਾ ਕੀ ਹੈ ਵੀ ਇਹਦਾ ਸਪੇਅਰ ਪਾਰਟ ਸਸਤਾ ਹੈ? ਇਹ ਸਪੇਅਰ ਪਾਰਟ ਵੀ ਖਰਚਾ ਹੈ ਤਾਂ ਥੋੜ੍ਹਾ ਜਿਹਾ ਵੈਸੇ ਵੀ ਘੱਟ ਹੈ, ਮਗਰ ਜਾਪਾਨੀ ਗੱਡੀ ਦਾ ਹੁੰਦਾ ਥੋੜ੍ਹਾ ਜਿਹਾ ਟਾਈਮ ਦਾ ਕੰਮ, ਉਹ ਮਸਲਾ ਨੇ ਵੀ ਉਹ ਟਾਇਰ ਪਾਵੇ ਨਾ ਤਾਂ ਉਹਦੇ 6 ਮਹੀਨੇ ਟਾਇਰ ਚੱਲਦੇ ਨੇ। ਬਿਲਕੁਲ ਇਹਦੇ ਜਨਾਬ ਵਾਲੀ ਬੈਡਫੋਰਡ ਦੇ ਟਾਇਰ ਪਾਈਏ ਤਾਂ ਕਮ ਸੇ ਕਮ 1.5 ਸਾਲ, 2 ਸਾਲ ਅਗਰ ਸਹੀ ਸਾਮ ਖੈਰੀਏ ਵਜ਼ਨ ਤੋਂ ਬਚਾਈ ਰੱਖੋ ਤਾਂ 2 ਸਾਲ ਘੱਟ ਜਾਂਦੇ ਟਾਇਰ। ਠੀਕ ਠੀਕ, ਇਹ ਗੱਲ ਪਤੇ ਦੀ ਪੈ ਜਾਣਾ, ਅਗਰ ਵਜ਼ਨ ਨਾ ਪਵੇ ਤੇ ਟਾਇਰ ਜਿਹੜੇ ਨੇ ਉਹ 2 ਸਾਲ ਘੱਟ ਜਾਂਦੇ। ਸਾਫਦਾਰੀ ਸਾਡੇ ਤਾਂ ਵਜ਼ਨ ਤਾਂ ਬਈ ਲਾ ਦਿੰਦਾ, ਵਜ਼ਨ ਨਾ ਪਾਵੇ ਤਾਂ ਬੇਸ਼ਤੀ ਸ਼ਾਇਦ ਹੈ। ਤੁਹਾਡੇ 6 ਮਹੀਨੇ 8 ਮਹੀਨੇ ਸੈਂਪਲ ਲੈ ਲਿਆ ਮਸੇ ਕੋਲ ਇਹ ਕੋ ਚੱਲੇ। ਅੱਛਾ ਬਾਈ ਜਾਨ ਇਹ ਦੱਸੋ ਵੀ ਇਹਦੇ ਚੱਕਰ ਲਾ ਕੇ ਤੁਹਾਨੂੰ ਕਿੰਨੇ ਇੱਕ ਪੈਸੇ ਬਚ ਜਾਂਦੇ ਨੇ? ਇਹ ਬਾਈ ਜਾਨ ਖਰਚਾ ਕੱਢ ਕੇ ਸਾਨੂੰ ਚੱਕਰ ਲਾ ਕੇ ਆ ਕੇ ਅੱਲਾ ਤੁਹਾਡਾ ਭਲਾ ਕਰੇ, ਮੋਬਾਈਲ ਦੇ ਘੱਟ ਗਏ 6000 ਰੁਪਇਆ, 4000 ਚੱਕਰਾਂ ਦਾ ਘੱਟ ਗਏ। ਆ ਮੋਬਾਈਲ ਡਰਾਈਵਰ ਦਾ ਖਰਚਾ ਗਰੀ ਸਰਵਿਸ ਸਾਰਾ ਘੱਟ ਘੂਟ ਕੇ ਤੇ ਸਾਨੂੰ 25-25 ਇਤਨਾ ਕੁ ਬਚ ਜਾਂਦਾ ਹਰ ਸ਼ਾ ਘੱਟ ਕੇ। ਅੱਛਾ ਨੰਦ ਦੋਸਤੋ, 25-25 ਹਜ਼ਾਰ ਰੁਪਇਆ ਬਚਦਾ ਹੈ ਮੋਬਾਈਲ ਖਰਚਾ, ਸਾਰੀ ਗੱਡੀ ਸਰਵਿਸ ਗਰੀਸ ਕਰਾ ਕੇ, ਤੇ ਮਹੀਨੇ ਦੇ ਕਿਤੇ ਚੱਕਰ ਲੱਗ ਜਾਂਦੇ ਨੇ? ਮਹੀਨੇ ਦੇ 4.5 ਤਾਂ ਪੱਕੇ ਹਨ ਜੀ। ਸਹੀ, ਯਾਨੀ ਕਿ ਤਕਰੀਬਨ ਕੋਈ 90 ਹਜ਼ਾਰ ਲੱਖ ਰੁਪਇਆ ਬਚਦਾ? ਹਾਂ ਜੀ ਇਤਨਾ ਕੁ ਬਚ ਜਾਂਦਾ ਮਹੀਨੇ ਦਾ, 80-90 ਇੱਥੇ ਗੇਮ ਪੈ ਜਾਂਦੀ। ਠੀਕ ਠੀਕ।
अच्छा दोस्तों, ये साड़ी आज दी वीडियो, अगर साड़ी वीडियो चंगी लगे तो साड़ा चैनल सब्सक्राइब कर देना। मिलते हैं किसी अगली वीडियो दे विच। पाकिस्तान जिंदाबाद।